ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਾਸਟਰ ਕੇਡਰ ਯੂਨੀਅਨ ਚੈਨਲ ਤੇ ਤੁਹਾਡਾ ਸਵਾਗਤ ਹੈ ਮਾਸਟਰ ਕੇਡਰ 41 ਕਾਟ ਦਾ ਜੋ ਰਿਜ਼ਲਟ ਹੈ ਅੱਜ ਉਹ ਰਿਵਾਈਜ਼ ਹੋ ਚੁੱਕਿਆ ਹੈ ਤਾਂ ਵੀਡੀਓ ਚ ਆਪਾਂ ਗੱਲਬਾਤ ਕਰਾਂਗੇ ਸਾਇੰਸ ਵਿਸ਼ੇ ਬਾਰੇ ਕਿ ਸਾਇੰਸ ਵਿਸ਼ੇ ਦੇ ਕਿੰਨੇ ਨੰਬਰ ਸਬਜੈਕਟ ਕੈਂਡੀਡੇਟਸ ਦੇ ਜਿਹੜੇ ਘਟੇ ਨੇ ਕਿੰਨੇ ਵਧੇ ਨੇ ਜਾਂ ਪਹਿਲਾਂ ਸਕਰੂਟੀ ਕਿੰਨੇ ਨੰਬਰ ਤੱਕ ਹੋਈ ਸੀ ਹੁਣ ਕਿੰਨੇ ਨੰਬਰ ਵਾਲੇ ਬਲੈਂਕ ਕਿਹੜੇ ਕੈਂਡੀਡੇਟਸ ਦੇ ਇਹ ਨਾਲ ਜਿਆਦਾ ਨੰਬਰ ਵਧੇ ਨੇ ਤਾਂ ਕੁੱਲ ਡਿਟੇਲ ਸਾਰੇ ਸਬਜੈਕਟ ਦੀ ਆਪਾਂ ਇਸ ਵੀਡੀਓ 'ਚ ਗੱਲਬਾਤ ਕਰਾਂਗੇ ਜਿਹੜੇ ਸਾਇੰਸ ਵਿਸ਼ੇ ਨਾਲ ਸੰਬੰਧਿਤ ਕੈਂਡੀਡੇਟਸ ਨੇ ਉਹ ਇਸ ਵੀਡੀਓ ਨੂੰ ਪੂਰੇ ਧਿਆਨ ਨਾਲ ਐਂਡ ਤੱਕ ਜਰੂਰ ਸੁਣਿਓ ਤਾਂ ਕਿ ਤੁਹਾਨੂੰ ਜਿਹੜੀ ਸਾਰੀ ਇਨਫੋਰਮੇਸ਼ਨ ਪਤਾ ਲੱਗ ਸਕੇ ਕਿ ਪਿਛਲੀ ਵਾਰ ਜੋ ਸਕਰੂਟੀਨੀ ਹੋਈ ਸੀ ਉਹਦੇ ਵਿੱਚ ਕਿਹੜੇ-ਕਿਹੜੇ ਕੈਂਡੀਡੇਟਸ ਨੂੰ ਬੁਲਾਇਆ ਗਿਆ ਸੀ ਲਾਸਟ ਕਿੰਨੇ ਨੰਬਰ ਤੱਕ ਵਾਲੇ ਕੈਂਡੀਡੇਟਸ ਜਿਹੜੇ ਉਹ ਚਲੇ ਗਏ ਸੀ ਵੀਡੀਓ ਥੋੜੀ ਜਿਹੀ ਲੰਬੀ ਬਣੂਗੀ ਪੂਰੇ ਧਿਆਨ ਨਾਲ ਸੁਣੋ ਤੁਹਾਨੂੰ ਸਾਰੀ ਡਿਟੇਲ ਸਮਝ ਆ ਜਾਊਗੀ ਤੇ ਉਸ ਤੋਂ ਪਹਿਲਾਂ ਇੱਕ ਤੁਹਾਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਚੈਨਲ ਸਾਡਾ ਮਾਸਟਰ ਕੈਡਰ ਯੂਨੀਅਨ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਥੇ ਤੁਹਾਨੂੰ ਮਾਸਟਰ ਕੈਡਰ ਐਜੂਕੇਸ਼ਨ ਡਿਪਾਰਟਮੈਂਟ ਦੀ ਹਰ ਇੱਕ ਅਪਡੇਟ ਛੋਟੀ ਵੱਡੀ ਅਪਡੇਟ ਤੁਹਾਨੂੰ ਇੱਥੇ ਮਿਲਦੀ ਰਹੂਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਬੈਲ ਆਈਕਨ ਬਟਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਅਪਡੇਟਸ ਤੁਹਾਡੇ ਤੱਕ ਪਹੁੰਚਦੀਆਂ ਰਹਿਣਾ ਤਾਂ ਹੁਣ ਆਪਾਂ ਸਾਇੰਸ ਵਿਸ਼ੇ ਨਾਲ ਗੱਲਬਾਤ ਕਰਦੇ ਹਾਂ ਸਾਇੰਸ ਵਿਸ਼ੇ ਬਾਰੇ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਇਹ ਜਿਹੜਾ ਰਿਜ਼ਲਟ ਹੈ ਇਹ ਉਹ ਰਿਜ਼ਲਟ ਹੈ ਜਿਹੜਾ ਪੇਪਰ ਹੋਣ ਤੋਂ ਬਾਅਦ ਪਹਿਲੀ ਵਾਰੀ 16 11 2022 ਨੂੰ ਅਪਲੋਡ ਕੀਤਾ ਗਿਆ ਸੀ ਤਾਂ ਇਹਦੇ ਵਿੱਚ ਇਹਦੇ ਨਾਲ ਨਾਲ ਆਪਣੇ ਕੋਲ ਇੱਕ ਫੋਟੋ ਹੈਗੀ ਹੈ ਅੱਜ ਦੇ ਰਿਜ਼ਲਟ ਦੀ ਜਿਹਦੇ ਵਿੱਚ ਪਹਿਲੇ 15 ਕੈਂਡੀਡੇਟਸ ਤੁਹਾਨੂੰ ਦਿਖਾਈ ਗਏ ਨੇ ਤਾਂ ਆਪਾਂ ਇਹਨਾਂ ਦੇ ਨੰਬਰਾਂ ਦੇ ਅਕੋਰਡਿੰਗ ਹੀ ਦੇਖ ਲੈਣੇ ਆ ਕਿ ਜਿਹੜਾ ਰਿਜ਼ਲਟ ਪਿਛਲੀ ਵਾਰੀ ਡਿਕਲੇਅਰ ਕੀਤਾ ਗਿਆ ਸੀ ਉਹਦੇ ਵਿੱਚ ਪਹਿਲਾ ਕੈਂਡੀਡੇਟ ਜਿਹੜਾ ਹੈਗਾ ਕੋਮਲ ਕੁਮਾਰ ਉਹਦੇ 61 ਨੰਬਰ ਨੇ ਤੇ ਇਸ ਵਾਰ ਉਹਦੇ ਵੱਧ ਕੇ 65 ਨੰਬਰ ਹੋ ਚੁੱਕੇ ਨੇ ਕੋਮਲ ਕੁਮਾਰ ਦੇ ਇਸੇ ਤਰ੍ਹਾਂ ਸੈਕੰਡ ਨੰਬਰ ਕੈਂਡੀਡੇਟ ਦੇ ਅਮਨਵੀਰ ਕੌਰ ਦੇ ਪਹਿਲਾਂ 57 ਨੰਬਰ ਸੀ ਹੁਣ ਵੀ 57 ਨੰਬਰ ਨੇ ਤਾਂ ਤੁਸੀਂ ਦੇਖੋ ਪਹਿਲੇ ਕੈਂਡੀਡੇਟਸ ਦੇ 4 ਨੰਬਰ ਵਧੇ ਨੇ ਦੂਸਰੇ ਕੈਂਡੀਡੇਟਸ ਦਾ ਜਿਹੜਾ ਕੋਈ ਵੀ ਨੰਬਰ ਨਹੀਂ ਵਧਿਆ ਤਾਂ ਇਸੇ ਤਰ੍ਹਾਂ ਤੀਜਾ ਕੈਂਡੀਡੇਟ ਹੈਗਾ ਜਿਹੜਾ ਜੋਵਨਪ੍ਰੀਤ ਕੌਰ ਆ ਤਾਂ ਇਹਨਾਂ ਦੇ ਪਹਿਲਾਂ 68 ਨੰਬਰ ਸੀ ਹੁਣ 70 ਹੋ ਚੁੱਕੇ ਨੇ ਜਾਨੀ ਕਿ 2 ਨੰਬਰ ਦਾ ਫਰਕ ਪਿਆ ਹੈ ਇਸੇ ਤਰ੍ਹਾਂ ਜਗਪਾਲ ਸਿੰਘ ਚਾਰ ਨੰਬਰ ਕੈਂਡੀਡੇਟਸ ਦੇ ਪਹਿਲਾਂ 44 ਸੀ ਤਾਂ ਹੁਣ ਇਹਨਾਂ ਦੇ 49 ਨੰਬਰ ਹੋ ਚੁੱਕੇ ਨੇ ਤਾਂ ਪੰਜ ਨੰਬਰ ਜਿਹੜਾ ਇਹਨਾਂ ਦੇ ਵਧੇ ਨੇ ਤਾਂ ਜੇਕਰ ਇਥੋਂ ਹਾਈਐਸਟ ਨੰਬਰ ਦੀ ਆਪਾਂ ਗੱਲ ਕਰੀਏ ਕਿਸੇ ਵੀ ਕੈਂਡੀਡੇਟਸ ਦੀ ਤਾਂ 12 ਨੰਬਰ ਕੈਂਡੀਡੇਟਸ ਜਿਹੜਾ ਜੋਦਾ ਸਿੰਘ ਉਹਦੇ ਪਹਿਲਾਂ 80 ਨੰਬਰ ਸੀਗੇ ਤਾਂ ਜਿਹੜਾ ਹੁਣ ਰਿਵਾਈਜ਼ਡ ਰਿਜ਼ਲਟ ਹੋਇਆ ਹੈ ਤਾਂ ਹੁਣ ਵੀ 12 ਨੰਬਰ ਕੈਂਡੀਡੇਟਸ ਜਿਹੜਾ ਜੋਦਾ ਸਿੰਘ ਹੈ ਉਹਦੇ 81 ਨੰਬਰ ਹੋ ਚੁੱਕੇ ਨੇ ਜਾਨੀ ਕਿ ਤੁਸੀਂ ਇਥੋਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਕਿਸੇ ਦੇ 4 ਨੰਬਰ ਵਧੇ ਨੇ ਕਿਸੇ ਦਾ ਕੋਈ ਨੰਬਰ ਨਹੀਂ ਵਧਿਆ ਕਿਸੇ ਦਾ 1 ਨੰਬਰ ਵਧਿਆ ਤੇ ਨੰਬਰ ਘਟਣ ਵਾਲਾ ਕੈਂਡੀਡੇਟਸ ਜੇਕਰ ਆਪਾਂ ਦੇਖੀਏ ਤਾਂ ਆਪਾਂ ਨੂੰ ਸ਼ਾਇਦ ਕੋਈ ਨਹੀਂ ਮਿਲਣਾ ਇਹ ਤਾਂ ਇੱਕ ਫੋਟੋ ਸੀ ਹੁਣ ਅਸੀਂ ਤੁਹਾਨੂੰ ਥੋੜਾ ਜਿਹਾ ਰਿਜ਼ਲਟ ਹੋਰ ਦਿਖਾ ਦਿੰਨੇ ਆ ਕਿ ਇਹ ਆ ਉਹ ਪੁਰਾਣਾ ਰਿਜ਼ਲਟ ਜਿਹਦੇ ਵਿੱਚ ਜੇਕਰ ਤਾਂ ਹਾਈएस्ट ਕੋਈ ਹੋਰ ਨੰਬਰ ਦੀ ਗੱਲ ਕਰੀਏ ਤਾਂ 23 ਨੰਬਰ ਕੈਂਡੀਡੇਟਸ ਜਿਹੜਾ ਹੈਗਾ ਪਲਵਿੰਦਰ ਸਿੰਘ ਇਹਦੇ 94 ਨੰਬਰ ਸੀ ਪਹਿਲਾਂ ਤਾਂ ਹੁਣ 23 ਨੰਬਰ ਕੈਂਡੀਡੇਟਸ ਜਿਹੜਾ ਪਲਵਿੰਦਰ ਸਿੰਘ ਹੈ ਉਹਦੇ ਹੁਣ 92 ਨੰਬਰ ਨੇ ਤਾਂ ਇੱਥੋਂ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਕਈ ਕੈਂਡੀਡੇਟਸ ਦੇ ਨੰਬਰ ਆ ਜਿਹੜੇ ਘਟੇ ਵੀ ਨੇ ਤੁਸੀਂ ਸਕਰੀਨ ਤੇ ਪੂਰੇ ਧਿਆਨ ਨਾਲ ਸੁਣਿਓ ਤੇ ਵੀਡੀਓ ਨੂੰ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਚੈਨਲ ਸਾਰੇ ਜਣੇ ਸਬਸਕ੍ਰਾਈਬ ਕਰ ਲੈਣ ਤਾਂ ਦੋ ਨੰਬਰ ਦੇ ਕੈਂਡੀਡੇਟਸ ਦੇ ਘਟੇ ਵੀ ਨੇ ਤੇ ਹੁਣ ਆਪਾਂ ਇਹ ਤੁਹਾਨੂੰ ਮੋਟੀ ਮੋਟੀ ਗੱਲਾਂ ਆਪਾਂ ਦੱਸਤੀ ਬਾਕੀ ਤੁਸੀਂ ਨਾ ਆਪਣੇ ਆਪਣੇ ਨੰਬਰ ਸਾਇੰਸ ਦੇ ਜਿਹੜੇ ਹੈਗੇ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿਓ ਕੋਈ ਵੀ ਹੋਰ ਜਾਣਕਾਰੀ ਲੈਣੀ ਹੋਈ ਉਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਪਾ ਦਿਓ ਤਾਂ ਕਿ ਹਰ ਇੱਕ ਗੱਲ ਜਿਹੜੀ ਉਹ ਸ਼ੇਅਰ ਹੋ ਸ਼ਕੇ ਤਾਂ ਹੁਣ ਆਪਾਂ ਗੱਲਬਾਤ ਕਰਦੇ ਆਂ ਜਿਹੜੀ ਸਕਰੂਟੀਨੀ ਬਾਰੇ ਵੀ ਸਕਰੂਟੀਨੀ ਪਹਿਲਾਂ ਕਿੰਨੇ ਨੰਬਰ ਤੱਕ ਸੀ ਹੁਣ ਕਿੰਨੇ ਨੰਬਰ ਤੱਕ ਭਲਾਈ ਗਈ ਹੈ ਜੇਕਰ ਆਪਾਂ ਪਹਿਲਾਂ ਸਕਰੂਟੀਨੀ ਦੀ ਗੱਲ ਕਰੀਏ ਤਾਂ ਜੋ ਪਹਿਲਾਂ ਪਹਿਲੀ ਵਾਰ ਰਿਜ਼ਲਟ ਆਉਣ ਤੋਂ ਬਾਅਦ ਸਕਰੂਟੀਨੀ ਭਲਾਈ ਗਈ ਸੀ ਓਪਨ ਕੈਟਾਗਰੀ ਹੈ ਜਿਹੜੀ ਉਹਦੇ ਵਿੱਚ 85 ਨੰਬਰ ਤੋਂ ਪਲੱਸ ਵਾਲੇ ਤੇ ਓਪਨ ਇਨ ਆਲ ਕੈਟਾਗਰੀ ਵਿਦ 81 ਤੋਂ 84 ਵਾਲੇ ਈਡਬਲਯੂਐਸ ਜਿਹੜਾ ਹੈਗਾ ਸੀ ਉਹ 79 ਤੋਂ 83 ਨੰਬਰ ਤੱਕ ਸੀਗਾ ਤਾ ਬਾਕੀ ਸਾਰੀਆਂ ਜਿਹੜੀਆਂ ਹੈਗੀਆਂ ਸੀ ਉਹ 올 ਕੈਟਾਗਰੀ ਸੀਗੀਆਂ ਇਹਦੇ ਵਿੱਚ ਬੁਲਾਈਆਂ ਗਈਆਂ ਤਕਰੀਬਨ ਤੇ ਐਸ ਸੀ ਆਰਓ ਕੈਂਡੀਡੇਟ ਜਿਹੜੇ ਹੈਗੇ ਸੀਗੇ ਉਹ 59 ਤੋਂ 83 ਤੱਕ ਤੇ ਬੀ ਸੀ 75 ਤੋਂ 83 ਤੱਕ ਤਾਂ ਜੇਕਰ ਆਪਾਂ ਇਸ ਵਾਰ ਦੀ ਗੱਲ ਕਰੀਏ ਸਾਇੰਸ ਦੀ ਤਾਂ ਇਸ ਵਾਰ 859 ਪੋਸਟਾਂ ਨੇ ਜਿਹੜੀਆਂ ਸਾਇੰਸ ਦੇ ਵਿੱਚ ਤਾਂ ਇਹਦੇ ਵਿੱਚ ਓਪਨ ਦੇ ਉਸੇ ਤਰ੍ਹਾਂ 85 ਵਾਲੇ ਪਹਿਲਾਂ ਬੁਲਾਈ ਸੀ 85 ਵਾਲੇ ਹੋਣੀ ਬੁਲਾਈ ਨੇ ਤਾਂ ਜਿਹੜੀ ای ڈبلیو ایس ক্যাਟਾਗਰੀ ਹੈ ਉਹਦੇ ਵਿੱਚ 81 ਤੋਂ 84 ਨੰਬਰ ਤੱਕ ਬੁਲਾਏ ਗਏ ਨੇ ਹਾਲਾਂਕਿ ਪਹਿਲਾਂ ਇਹਦੇ ਵਿੱਚ ای ڈبلیو ایس ਵਾਲੇ 79 ਤੋਂ ਬੁਲਾਏ ਗਏ ਸੀਗੇ ਪਹਿਲਾਂ ਯਾਨੀ ਕਿ 79 ਨੰਬਰ ਤੋਂ ਬੁਲਾ ਲਏ ਸੀਗੇ ਪਰ ਇਸ ਵਾਰੀ ਜਿਹੜੀ ਸਕਰੂਟੀਨੀ ਹੋਣੀ ਹੈ ای ڈبلیو ایس ਦੀ ਤਾਂ ਉਹ 81 ਨੰਬਰ ਤੋਂ ਹੋਣੀ ਹੈ ਯਾਨੀ ਕਿ ਦੋ ਨੰਬਰ ਪਲੱਸ ਚੱਲ ਗਈ ਉਹ ਤੇ ਇਹਦੇ ਨਾਲ ਮੈਟ ਦਾ ਵੀ ਫਰਕ ਪਊਗਾ ਕਾਫੀ ਜੰਪ ਵੱਜੂਗਾ ਮੈਟ ਦੇ ਵਿੱਚ ਕਈ ਜਣੇ ਡਾਊਨ ਜਾਣਗੇ ਕਈ ਅੱਪ ਜਾਣਗੇ ਤਾਂ ਇਸੇ ਤਰ੍ਹਾਂ ਬਾਕੀ ਵੀ ਆਪਾਂ ਸਬਜੈਕਟਸ ਦੀ ਵੀਡੀਓ ਮੈਥ ਸਾਇੰਸ ਸਾਇੰਸ ਦੀ ਹੋਗੀ ਮੈਥ ਐਸਐਸਟੀ ਪੰਜਾਬੀ ਸਾਰੇ ਸਬਜੈਕਟਸ ਦੀ ਵੀਡੀਓ ਆਪਾਂ ਅਪਲੋਡ ਕਰ ਦਾਂਗੇ ਬਹੁਤ ਜਲਦੀ ਜੇਕਰ ਆਪਾਂ ਦੂਜੇ ਦੀ ਗੱਲ ਕਰੀਏ ਇਹਦੇ ਵਿੱਚ ਐਸਸੀਆਰਓ ਦੀ ਐਸਸੀਆਰਓ ਦੇ ਵਿੱਚ ਹੁਣ 61 ਨੰਬਰ ਵਾਲੇ ਬਲਾਈਨ ਨੇ ਤਾਂ ਜੇਕਰ ਆਪਾਂ ਪਹਿਲਾਂ ਗੱਲ ਕਰੀਏ ਤਾਂ ਐਸਸੀਆਰਓ ਦੇ ਵਿੱਚ ਪਹਿਲਾ 59 ਵਾਲੇ ਬੁਲਾਏ ਗਏ ਸੀ ਜਾਨੀ ਕਿ ਦੋ ਨੰਬਰ ਇਹਦੇ ਵਿੱਚ ਪਲੱਸ ਕੀਤੇ ਗਏ ਨੇ ਹੁਣ 61 ਨੰਬਰ ਤੋਂ ਪਲੱਸ ਜਿਹਦੇ ਨੰਬਰ ਹੋਏ ਨੇ ਸਿਰਫ ਉਹਨਾਂ ਉਹਨਾਂ ਨੂੰ ਹੀ ਬੁਲਾਇਆ ਗਿਆ ਤੇ ਇਸੇ ਤਰ੍ਹਾਂ ਜੇਕਰ ਆਪਾਂ ਗੱਲ ਕਰੀਏ BC ਕੈਟਾਗਰੀ ਤਾਂ 78 ਤਾਂ ਪਹਿਲਾਂ ਬੁਲਾਏ ਸੀ 79 ਨੰਬਰ ਵਾਲੇ ਤਾਂ ਇੱਕ ਨੰਬਰ ਇਹਦੇ ਵਿੱਚ ਘੱਡੀ ਹੈ ਜਾਨੀ ਕਿ 79 ਤੋਂ 78 ਤੇ ਆ ਗਿਆ ਤੇ ਹੁਣ ਆਪਾਂ ਜੇਕਰ ਗੱਲ ਕਰੀਏ ਕੈਂਡੀਡੇਟਸ ਦੀ ਕਿ ਕਿੰਨੇ ਕਿੰਨੇ ਨੰਬਰਾਂ ਵਾਲੇ ਜਿਹੜੇ ਕੈਂਡੀਡੇਟਸ ਨੇ ਉਹ ਕਿੰਨੇ ਕਿੰਨੇ ਵਾਲੇ ਹੁਣ ਪਲੱਸ ਮਾਈਨਸ ਹੋਏ ਨੇ ਪਹਿਲਾ ਫਰਸਟ ਕੈਂਡੀਡੇਟਸ ਜਿਹੜਾ ਹੈਗਾ ਸੀ ਉਹ ਸੀ 112 ਨੰਬਰ ਵਾਲਾ ਤਾਂ ਹੁਣ ਨੰਬਰ ਇੱਕ ਵੱਧ ਕੇ 113 ਨੰਬਰ ਵਾਲਾ ਫਰਸਟ ਕੈਂਡੀਡੇਟ ਹੋ ਚੁੱਕਿਆ ਜਿਹੜਾ ਸਾਇੰਸ ਦੇ ਵਿੱਚ ਤਾਂ ਦੋ ਸਟੂਡੈਂਟ ਇਦਾਂ ਦੇ ਹੋ ਚੁੱਕੇ ਨੇ ਜਿਨ੍ਹਾਂ ਦੇ 113 13 ਨੰਬਰ ਨੇ ਤੇ ਦੋ ਸਟੂਡੈਂਟਸ ਉਹ ਨੇ ਜਿਨ੍ਹਾਂ ਦੇ 112 12 ਨੰਬਰ ਨੇ ਇੱਕ ਸਟੂਡੈਂਟ ਹੈਗਾ 111 ਵਾਲਾ ਤੇ 110 ਵਾਲਾ ਚਾਰ ਸਟੂਡੈਂਟ ਹੈਗੇ ਨੇ 109 ਵਾਲੇ ਤਿੰਨ 108 ਵਾਲੇ 2 ਤੇ 107 ਵਾਲਾ ਕੋਈ ਵੀ ਸਟੂਡੈਂਟ ਹੈ ਜਿਹੜਾ ਨਵੇਂ ਰਿਜ਼ਲਟ ਦੇ ਵਿੱਚ ਨਹੀਂ ਹੈਗਾ ਇਸੇ ਤਰ੍ਹਾਂ 106 ਵਾਲੇ 8 105 ਵਾਲੇ 5 104 ਵਾਲੇ 8 ਤੇ 103 ਵਾਲੇ 8 102 ਵਾਲੇ 10 ਤਾਂ 101 ਵਾਲੇ 14 ਸਟੂਡੈਂਟ ਇੱਥੇ ਸਭ ਤੋਂ ਜ਼ਿਆਦਾ ਸਟੂਡੈਂਟ ਪਾਏ ਗਏ ਨੇ 101 ਤੇ 100 ਦੇ ਵਿੱਚ ਤਾਂ 108 ਸੌਰੀ ਕੁੱਲ 98 ਦੇ ਵਿੱਚ 22 ਸਟੂਡੈਂਟ 96 ਦੇ ਵਿੱਚ 25 95 ਦੇ ਵਿੱਚ 32 ਜਿਵੇਂ ਜਿਵੇਂ ਨੰਬਰ ਘਟਦੇ ਜਾ ਰਹੇ ਨੇ ਇਸੇ ਤਰ੍ਹਾਂ ਸਟੂਡੈਂਟ ਆ ਜਿਹੜੇ ਲਗਾਤਾਰ ਵੱਧਦੇ ਜਾ ਰਹੇ ਨੇ ਤਾਂ 90 ਦੇ ਵਿੱਚ 51 ਸਟੂਡੈਂਟ ਨੇ 88 ਦੇ ਵਿੱਚ 57 ਸਟੂਡੈਂਟ ਨੇ ਤਾਂ ਜੇਕਰ ਆਪਾਂ ਪਿਛਲੀ ਮੈਟ ਦੀ ਗੱਲ ਕਰੀਏ ਤਾਂ ਪਿਛਲੀ ਵਾਰੀ ਜਿਹੜੀ ਓਪਨ ਮੈਟ ਹੈ ਉਹ 87 ਤੱਕ ਵਾਲੇ ਕੈਂਡੀਡੇਟ ਬੁਲਾਲੇ ਸੀ ਤੇ ਇਸੇ ਤਰ੍ਹਾਂ ਈਡਬਲਿਊਐਸ ਦੇ ਵਿੱਚ 83 ਨੰਬਰ ਤੱਕ ਵਾਲੇ ਕੈਂਡੀਡੇਟਸ ਜਿਹੜੇ ਉਹ ਬੁਲਾਲੇ ਸੀਗੇ ਤਾਂ ਹੁਣ ਇਹਦੇ ਬਾਰੇ ਆਪਾਂ ਜੇਕਰ ਦੇਖੀਏ ਜਿਹੜੀ ਆਪਾਂ ਸਿਲੈਕਸ਼ਨ ਲਿਸਟਾਂ ਜੇਕਰ ਆਪਾਂ ਕੱਢ ਕੇ ਦੇਖੀਏ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਪਲੀਜ਼ ਤੁਹਾਨੂੰ ਰਿਕਵੈਸਟ ਹੈ ਕਿ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਦੇ ਚੈਨਲ ਨੂੰ ਕਿਉਂਕਿ ਅਸੀਂ ਵੀ ਇੰਨੀ ਮਿਹਨਤ ਕਰਕੇ ਤੁਹਾਨੂੰ ਸਾਰੇ ਅੰਕੜੇ ਦੇ ਰਹੇ ਹਾਂ ਤਾਂ ਕਿ ਤੁਹਾਡੇ ਤੱਕ ਅਪਡੇਟਸ ਪਹੁੰਚਦੀਆਂ ਰਹਿਣ ਤੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈਸ ਕਰਦੇ ਹੋ ਜਿਵੇਂ ਤੁਸੀਂ ਦੇਖ ਰਹੇ ਹੋ ਲਾਸਟ ਸਟੂਡੈਂਟ ਹੈ ਜਿਹੜਾ ਓਪਨ ਦੇ ਵਿੱਚ 322 ਨੰਬਰ ਉਹਦੇ 87 ਨੰਬਰ ਸੀਗੇ ਇਸੇ ਤਰ੍ਹਾਂ EWs ਕੈਟਾਗਰੀ ਦੇ ਵਿੱਚ EWs ਕੈਟਾਗਰੀ ਦੇ ਵਿੱਚ ਜਿਹੜਾ ਲਾਸਟ ਸਟੂਡੈਂਟ ਸਟੂਡੈਂਟ ਹੈਗਾ ਸੀ 81 ਨੰਬਰ ਸੁਖਜੀਤ ਕੌਰ ਤਾਂ ਉਹਦੇ 83 ਨੰਬਰ ਸੀ ਤੇ ਇਸ ਵਾਰੀ ਜਿਹੜੇ ਬੁਲਾਏ ਗਏ ਨੇ ਉਹ ਸ਼ਾਇਦ 81 ਵਾਲੇ ਸੀ ਪਿੱਛੇ ਦੱਸ ਕੇ ਗਏ ਆ ਤਾਂ BC ਕੈਟਾਗਰੀ ਦੇ ਵਿੱਚ ਜੋ ਲਾਸਟ ਸਟੂਡੈਂਟ ਹੈਗਾ ਆਪਣਾ ਉਹ 80 ਨੰਬਰ ਵਾਲਾ 80 ਨੰਬਰ ਤੱਕ ਪਹਿਲਾਂ BC ਦੇ ਵਿੱਚ ਬੁਲਾ ਲਏ ਸੀ ਇਸੇ ਤਰ੍ਹਾਂ SCRO ਦੇ ਵਿੱਚ SCRO ਕੈਟਾਗਰੀ ਦੇ ਵਿੱਚ ਲਾਸਟ ਸਟੂਡੈਂਟ ਜਿਹੜਾ 72 ਨੰਬਰ ਕੈਂਡੀਡੇਟ ਹੈ ਉਹਨੂੰ ਬੁਲਾ ਲਿਆ ਸੀ एलिਜੀਬਲ ਸੀਗਾ ਉਹ ਤੇ SCMB ਦੇ ਵਿੱਚ ਇਹਦੀ ਮੈਟ ਬਹੁਤ ਘੱਟ ਜਾਂਦੀ ਹੈ SCMB ਦੇ ਵਿੱਚ 38 ਨੰਬਰ ਵਾਲਾ ਕੈਂਡੀਡੇਟ ਵੀ 154 ਜਿਹਦੇ 38 ਨੰਬਰ ਨੇ ਉਹ ਕੈਂਡੀਡੇਟ ਵੀ ਮਾਸਟਰ ਲਈ एलिजिਬਲ ਸੀਗਾ ਹਾਲਾਂਕਿ ਹੁਣ ਮੈਟ ਆ ਜਿਹੜੀ ਕਾਫੀ ਅਪ ਐਂਡ ਡਾਊਨ ਹੋਊਗੀ ਜਿਵੇਂ ਤੋਂ ਅਸੀਂ ਤੁਹਾਨੂੰ ਦੱਸਿਆ ਕਿ ਇੱਕ ਬੱਚੇ ਦੇ 2 ਨੰਬਰ ਕੱਟੇ ਨੇ ਕਿਸੇ ਦੇ 4 ਵਧੇ ਨੇ ਕਿਸੇ ਦੇ ਪ੍ਰੋਪਰ 80 ਦੇ 80 ਰਹਿ ਗਏ ਕਿਸੇ ਦੇ 80 ਤੋਂ 81 ਹੋ ਗਏ ਤਾਂ ਇਦਾਂ ਬਹੁਤ ਅਪ ਐਂਡ ਡਾਊਨ ਹੋਊਗਾ ਬਾਕੀ ਇਹ ਵੀ ਆ ਵੀ ਜਿੰਨੀ ਪਹਿਲਾਂ ਵੀ ਸਿਲੈਕਸ਼ਨ ਲਿਸਟ ਆਈਆਂ ਸੀ ਉਹਨਾਂ ਵਿੱਚ ਵੀ ਦੁਬਾਰਾ ਸੈਕੰਡ ਲਿਸਟ ਤੇ ਥਰਡ ਲਿਸਟ ਸਾਇੰਸ ਦੀ ਆਊਗੀ ਇਹ ਗੱਲ ਬਿਲਕੁਲ ਕਨਫਰਮ ਹੈ ਜਿਨ੍ਹਾਂ ਦੇ ਨੰਬਰ ਨੇੜੇ ਤੇੜੇ ਨੇ ਉਹਨਾਂ ਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਤੇ ਬਾਕੀ ਹਲੇ ਇਹ ਅਸੀਂ ਤੁਹਾਨੂੰ ਸਿਰਫ ਜੈਨੂਇਨ ਜਾਣਕਾਰੇ ਦੱਸੇ ਨੇ ਜਿੰਨੇ ਸਾਡੇ ਕੋਲੇ ਇਨਫੋਰਮੇਸ਼ਨ ਹੈਗੀ ਸੀ ਆਪਾਂ ਨੂੰ ਇੱਕ ਦੋ ਦਿਨ ਦੇ ਵਿੱਚ ਪੂਰੀ ਪਿਕਚਰ ਕਲੀਅਰ ਹੋ ਜੂਗੀ ਸਕਰੂਟਰੀ ਹੋਣ ਤੋਂ ਬਾਅਦ ਬਾਅਦ ਆ ਕਿ ਕਿਹੜੇ ਕੈਂਡੀਡੇਟਸ ਦੇ ਕਿੰਨੇ ਵਧੇ ਨੇ ਜਾਂ ਕਿੰਨੇ ਕੈਂਡੀਡੇਟਸ ਨੇ ਤਾ ਆਪਾਂ ਸਾਇੰਸ ਵਿਸ਼ੇ ਨਾਲ ਸੰਬੰਧਿਤ ਇੱਕ ਵੀਡੀਓ ਦੁਬਾਰਾ ਬਣਾਵਾਂਗੇ ਬਹੁਤ ਜਲਦ ਪ੍ਰੋਪਰ ਤਰ੍ਹਾਂ ਉਹਨੂੰ ਕੱਲੀ-ਕੱਲੀ ਗੱਲ ਸਮਝਾ ਦਾਂਗੇ ਤੁਸੀਂ ਪਲੀਜ਼ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈਸ ਕਰਦੇ ਹੋ ਤਾਂ ਕਿ ਹਰ ਇੱਕ ਅਪਡੇਟਸ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਫਿਲਹਾਲ ਦੇ ਲਈ ਇਹੇ ਅਪਡੇਟ ਸੀਗੀ ਮਾਸਟਰ ਕੈਡਰ ਯੂਨੀਅਨ ਚੈਨਲ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ